ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ, ਵਿਨਿਅਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਜਗਰਾਓਂ ਤੋਂ। ਅੱਜ ਇੱਕ ਹੋਰ ਖੁਸ਼ਖਬਰੀ ਹੈ, ਲਾਤਵੀਆ ਦਾ ਵੀਜ਼ਾ ਆਇਆ ਜੀ ਚਰਨਪ੍ਰੀਤ ਦਾ। ਉਹਦੇ ਫਾਦਰ ਸਾਹਿਬ ਰਵਿੰਦਰ ਜੀ ਸਾਡੇ ਨਾਲ ਨੇ, ਉਹਨਾਂ ਨੂੰ ਪੁੱਛਾਂਗੇ ਸਰ ਕਿੱਦਾਂ ਦਾ ਐਕਸਪੀਰੀਅੰਸ ਰਿਹਾ। ਅਸਲ 'ਚ ਅਸੀਂ ਪਹਿਲਾਂ ਤੋਂ ਇਹਨਾਂ ਨੂੰ ਜਾਣਦੇ ਸੀਗੇ, ਪਰ ਇਹਨਾਂ ਨਾਲ ਵਰਤ ਕੇ ਸਾਨੂੰ ਬਹੁਤ ਅੱਛਾ ਲੱਗਿਆ, ਬਹੁਤ ਵਧੀਆ ਲੱਗਿਆ। ਥੈਂਕ ਯੂ ਜੀ। ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਆਈ? ਨਹੀਂ ਸਾਰਾ ਨਹੀਂ ਹੈਸਲ ਫਰੀ ਰਿਹਾ ਬਹੁਤ ਪ੍ਰੋਸੈਸ? ਵਧੀਆ, ਜੋ ਵੀ ਸੀਗਾ ਆਰਾਮ ਨਾਲ। ਲਓ ਜੀ, ਮੈਨੀ ਮੈਨੀ ਕੰਗ੍ਰੈਚੁਲੇਸ਼ਨਸ, ਓਕੇ, ਥੈਂਕ ਯੂ। ਪਰਮਾਤਮਾ ਤਰੱਕੀਆਂ ਦੇਵੇ। ਸੋ ਜਿਹੜੇ ਵੀ ਸਟੂਡੈਂਟਸ ਬਾਹਰ ਜਾਣ ਲਈ ਸੋਚ ਰਹੇ ਨੇ, ਕੈਨੇਡਾ ਤੋਂ ਰਿਫਿਊਜ਼ਲ ਹੈ, US ਤੋਂ ਰਿਫਿਊਜ਼ਲ ਹੈ, ਮਲਟੀਪਲ ਰਿਫਿਊਜ਼ਲਸ ਨੇ, ਇੱਕ ਵਾਰ ਵੈਨਿਊਰ ਇੰਗਲਿਸ਼ 'ਤੇ ਜ਼ਰੂਰ ਆਓ ਤਾਂ ਕਿ ਅਸੀਂ ਤੁਹਾਨੂੰ ਰਾਈਟ ਗਾਈਡ ਕਰ ਸਕੀਏ। ਦੇਖੋ, ਕੈਨੇਡਾ, ਆਸਟ੍ਰੇਲੀਆ, UK ਤੋਂ ਇਲਾਵਾ ਵੀ ਬਹੁਤ ਵੱਡਾ ਕੰਟੀਨੈਂਟ ਹੈ ਜੋ ਕਿ ਯੂਰਪ ਦਾ, ਜਿੱਥੇ ਕਿ ਬਹੁਤ ਸਕੋਪ ਹੈ। ਕੈਨੇਡਾ ਨੇ ਰੀਸੈਂਟ ਦੇਖਿਆ ਗਿਆ ਹੈ ਕਿ ਸਪਾਊਸਿਸ ਨੂੰ, ਪਲੱਸ ਟੂ ਵਾਲੇ ਬੱਚਿਆਂ ਦੇ ਜਿਹੜੇ ਸਪਾਊਸ ਜਾਂਦੇ ਸੀ ਉਹ ਨਹੀਂ ਹੁਣ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ। ਆਸਟ੍ਰੇਲੀਆ ਨੇ ਵੀਜ਼ਾ ਟਾਈਟ ਕਰ ਦਿੱਤੇ ਹੈ। UK ਦਾ ਅਗਰ ਦੇਖੀਏ, ਆਲਰੇਡੀ ਹਾਲਾਤ ਕਾਫੀ ਖਰਾਬ ਨੇ। ਸੋ ਸਾਡੇ ਕੋਲ ਲੋ ਕੋਸਟ ਕੰਟਰੀਜ਼ ਨੇ, ਜਿਸ ਤਰ੍ਹਾਂ ਲਾਤਵੀਆ ਹੈ, ਮਾਲਟਾ ਹੈ, ਹੰਗਰੀ ਹੈ, ਡੈਨਮਾਰਕ, ਫਿਨਲੈਂਡ, ਸਵੀਡਨ, ਦੇ ਆਰ ਲੋਟਸ ਆਫ ਪ੍ਰੋਡਕਟਸ ਜਿੱਥੇ ਤੁਸੀਂ ਕੁਛ ਐਸੇ ਕੋਰਸਿਸ ਨੇ ਜਿਹਦੇ ਵਿੱਚ ਤੁਸੀਂ ਵਿਦਾਊਟ ਆਇਲਸ ਜਾ ਰਹੇ ਹੋ, ਜਿਸ ਤਰ੍ਹਾਂ ਚਰਨਪ੍ਰੀਤ ਦਾ ਵਿਦਾਊਟ ਆਇਲਸ ਆਪਾਂ ਲੋ ਬਜਟ ਦੇ ਵਿੱਚ ਕੀਤਾ। ਤਾਂ ਅੱਜ ਹੀ ਸੰਪਰਕ ਕਰੋ 7973160270। ਥੈਂਕ ਯੂ।